ਇਹ ਹੈ ਜੀ, ਤੇਜਿੰਦਰ ਬੰਸਲ ਨੂੰ ਇਹਨਾਂ ਨੇ, ਮੇਰਾ ਫਰੈਂਡ ਹੈ ਜੀ, ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ, ਇਹ ਦਿੱਲੀ ਮਲਟੀ ਸਪੈਸ਼ਲਿਸਟ ਹੋਸਪਿਟਲ ਸੰਗਰੂਰ ਦੇ ਵਿੱਚ, ਅਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ। ਉਹਨਾਂ ਦਾ BP ਦੇਖਿਆ ਗਿਆ ਜਿਹੜਾ ਕਿ ਨੋਰਮਲ ਸੀ, ਸਾਰੇ ਵਾਈਟਲ ਸਾਈਨ ਨੋਰਮਲ ਸੀਗੇ। ਪੇਸ਼ੈਂਟ ਅੰਦਰ ਗਿਆ ਜੀ, ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ, ਚੱਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ, ਅਤੇ ਅੰਦਰ ਗਿਆ। ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਲੋਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ, ਇਹਨਾਂ ਨੇ ਐਨਸਥੀਸੀਆ ਦਿੱਤਾ ਪੇਸ਼ੈਂਟ ਨੂੰ ਜੀ, ਜਨਰਲ ਐਨਸਥੀਸੀਆ ਕਹਿੰਦੇ ਆ ਜੀ ਇਹ ਦਿੱਤਾ। ਉਹਦੇ ਵਿੱਚ ਦੇਣ ਤੋਂ ਬਾਅਦ ਐਗਜੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜਾ ਵੀ ਹੋਇਆ ਸੀਗੇ ਉੱਥੇ, ਤੁਸੀਂ ਇਹਨਾਂ ਨੂੰ ਪੁੱਛ ਲਓ ਜੀ, ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ। ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਪੇਸ਼ੈਂਟ ਹੈ ਜੀ, ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ ਜੀ। ਅਸੀਂ ਅਮਰ ਲੈ ਕੇ ਗਏ ਜੀ, ਇਹ ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ। ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ, ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ 'ਤੇ ਇੰਨੀ ਹਾਈ ਡੋਜਿਸ ਦਿੱਤੀ ਕਿ ਉਹਨੂੰ ਓਵਰਡੋਜ਼ ਹੋ ਗਿਆ ਜੀ। ਉਹ ਆਪਣੀ ਗਲਤੀ ਮੰਨੇ, ਅਸੀਂ ਦੇਖਣਾ ਚਾਹੁੰਦੇ ਹਾਂ। ਅਸੀਂ ਉਹਨੂੰ ਕਾਫੀ ਦੇਰ ਹੋ ਗਈ ਹੈ ਜੀ, ਅਸੀਂ ਉਹਨੂੰ ਬੁਲਾ ਰਹੇ ਹਾਂ ਪਰ ਉਹ ਆ ਨਹੀਂ ਰਿਹਾ, ਉਹਦਾ ਔਫ ਹੈ ਫੋਨ। ਕਈ ਇਲੀਗਲ ਤਰੀਕੇ ਨਾਲ, ਸਭ ਤੋਂ ਵੱਡੀ ਗਲਤੀ ਇਸ ਹੋਸਪਿਟਲ ਦੀ, ਮੈਂ ਔਨ ਰਿਕਾਰਡ ਦੱਸ ਰਿਹਾ, ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਹਾਂ ਜੀ, ਨਾ ਡੇਟ, ਨਾ ਟਾਈਮ, ਨਾ ਡਾਕਟਰ ਦੇ ਸਿਗਨੇਚਰ, ਨਾ ਕੁਛ। ਮਤਲਬ ਇੱਦਾਂ ਹੋਸਪਿਟਲ ਚੱਲਦੇ ਆ ਜੀ, ਆ ਦਿੱਲੀ ਮਲਟੀ ਸਪੈਸ਼ਲਿਸਟ ਹੋਸਪਿਟਲ ਸੰਗਰੂਰ। ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ, ਕਿਸੇ ਫਾਈਲ 'ਤੇ ਕੋਈ ਸਟੈਂਪ ਨਹੀਂ ਹੈ ਜੀ। ਡਾਕਟਰ ਦੇ ਸਾਈਨ ਇੱਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ, ਰਮਨ ਗਰਗ ਹੈ, ਰੂਪਾਲੀ ਗਰਗ ਹੈ, ਰਜਿੰਦਰ ਗਰਗ ਹੈ, ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ, ਟਾਈਮ, ਕਿੱਦਾਂ, ਕਿਸੇ ਨਹੀਂ, ਕੁਛ ਨਹੀਂ। ਪੇਸ਼ੈਂਟ ਕਹਿੰਦੇ ਜੀ ਕੰਪਲੀਕੇਸ਼ਨਸ ਹੋ ਗਈ, ਅਸੀਂ ਇੰਜੈਕਸ਼ਨਸ ਲਾਏ ਜੀ ਐਨਸਥੀਸੀਆ ਦੇ, ਕੰਪਲੀਕੇਸ਼ਨ ਹੋ ਗਈ, ਕਾਰਡੀਕ ਅਰੈਸਟ ਹੋ ਗਿਆ ਜੀ। ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀਸੀਆ ਦੇਣ ਤੋਂ ਬਾਅਦ ਇਹ ਹੋ ਸਕਦਾ, ਕੀ ਪਤਾ ਪੇਸ਼ੈਂਟ ਨਾ ਕਰਾਉਂਦਾ, ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲੀਕੇਸ਼ਨਸ ਹੈ, ਮੈਂ ਨਹੀਂ, ਮੈਂ ਗੋਲੀਆਂ ਲਾ ਕੇ ਮੈਨੂੰ ਇੰਜੈਕਸ਼ਨ ਲਾ ਦਿਉ, ਮੈਂ ਨਹੀਂ ਕਰਾਉਣਾ। ਕੀ ਇਹਨਾਂ ਨੇ ਕੰਪਲੀਕੇਸ਼ਨ ਦੱਸੀਆਂ? ਇਹਨਾਂ ਨੇ ਨਹੀਂ ਦੱਸੀਆਂ ਜੀ। ਅਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ, ਕਿਸੇ ਹੋਰ ਦੇ ਨਾਲ ਨਾ ਇਹ ਹੋਏ ਜੀ। ਅਸੀਂ ਸਾਰੇ ਜਣੇ ਇਸ ਕਰਕੇ ਖੜ੍ਹੇ ਹਾਂ। ਮੇਰਾ ਨਾਮ ਵਿਨੋਦ ਕੁਮਾਰ ਹੈ ਜੀ। ਵਿਨੋਦ ਜੀ, ਕਿਹੜੇ ਹਸਪੀਟਲ ਦੀ ਗੱਲ ਆ ਤੇ? ਦਿੱਲੀ ਹਸਪੀਟਲ। ਕਿੰਨੇ ਸਾਲ ਦਾ ਸੀ? ਕੀ ਗੱਲ? 32 ਸਾਲ ਦਾ ਸੀਗਾ ਜੀ ਸਾਡਾ ਬੇਟਾ, ਅਤੇ ਉਸ ਤੋਂ ਮੈਂ ਦੁਕਾਨ 'ਤੇ ਬੈਠਾ ਸੀ, ਮੈਨੂੰ ਫੋਨ ਆਇਆ ਅਤੇ ਮੇਰੇ ਨੂੰਹ ਦਾ, ਕਹਿੰਦੇ ਪਾਪਾ ਤੁਸੀਂ ਕਿੱਥੇ? ਮੈਂ ਦੁਕਾਨ 'ਤੇ। ਕਹਿੰਦੇ ਮੈਨੂੰ ਨੂੰ ਹੋਸਪਿਟਲ ਜਾਓ, ਪਤਾ ਨਹੀਂ ਕੀ ਹੋ ਗਿਆ। ਮੈਂ ਜਦੋਂ ਗਿਆ, ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ ਆਪਰੇਸ਼ਨ ਥੀਏਟਰ ਦੇ ਅੰਦਰ। ਅੰਦਰ ਗਿਆ ਅਤੇ ਉਹ ਪਿਆ ਸੀਗਾ ਵੈਂਟੀਲੇਟਰ 'ਤੇ, ਅਤੇ ਮੈਨੇ ਕਿਹਾ ਡਾਕਟਰ ਸਾਹਿਬ ਕੀ ਹੋ ਗਿਆ? ਕਹਿੰਦੇ ਅੰਕਲ ਜੀ ਕੁਛ ਨਹੀਂ ਵੀ ਥੋੜ੍ਹੇ ਸੀਰੀਅਸ ਹੋ ਗਏ, ਵੀ ਇਹਨਾਂ ਨੂੰ ਅੰਮ੍ਰਿਤ ਚਲੇ ਜਾਣਾ ਪਏਗਾ। ਚਲੋ ਮੈਂ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਅਤੇ ਆਪਾਂ ਫਟਾਫਟ ਅੰਮ੍ਰਿਤ 'ਚ ਲੈ ਕੇ ਚੱਲੀਏ। ਚਲੋ ਅਸੀਂ ਇਹਨਾਂ ਨੇ ਉਹਦੇ ਅੱਧ ਪੌਣਾ ਘੰਟਾ ਲਾਤਾ ਜੀ, ਗੱਡੀ ਗੁੱਡੀ ਮੰਗਾ ਕੇ ਅਸੀਂ ਅੰਮ੍ਰਿਤ 'ਚ ਲੈ ਗਏ ਜੀ। ਅੰਮ੍ਰਿਤ ਵਾਲੇ ਜਦੋਂ ਅਸੀਂ ਪਹੁੰਚੇ, ਉਹ ਡਾਕਟਰ ਸਾਹਿਬ ਸਾਡੇ ਘਰ ਪੈ ਗਏ, ਕਹਿੰਦੇ ਇਹ ਤਾਂ ਡੈੱਡ ਹੋਏ ਨੂੰ 1.5-2 ਘੰਟੇ ਤੋਂ ਉੱਪਰ ਹੋ ਗਏ, ਵੀ ਤੁਸੀਂ ਉਹਨੇ ਡੈੱਡ ਬੋਡੀ ਚੱਕੀ, ਪਤਾ ਲੀਲਾ ਹੋਇਆ ਪਿਆ ਤਾਂ। ਲੁਕੋ, ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਜੀ, ਅਦਰਵਾਈਜ਼ ਮੌਤ ਤਾਂ ਇਹਦੀ ਮੇਰੇ ਖਿਆਲ ਵੀ 2-3 ਮਿੰਟਾਂ ਦੇ ਵਿੱਚ ਹੋ ਚੁੱਕੀ ਸੀ। 2-3 ਮਿੰਟ ਦੇ ਵਿੱਚ ਅੰਦਰ ਜਾਣ ਦੇ, ਬੇਟਾ ਮੇਰਾ ਨਾਲ ਸੀਗਾ ਵੱਡਾ, ਜਦੋਂ ਉਹਨੂੰ ਅੰਦਰ ਛੱਡ ਕੇ ਆਇਆ, 1 ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ, ਵੀ ਅੰਦਰ ਆ ਜਾਓ, ਇਹਨੂੰ ਪਤਾ ਨਹੀਂ ਕੀ ਹੋ ਗਿਆ। ਮੇਰਾ ਬੇਟੇ ਨੇ ਦੇਖਿਆ ਵੀ ਉਹਦੇ, ਕਾਰਵਾਈ ਤਾਂ ਇਹ ਵੀ ਸਾਨੂੰ ਤਾਂ ਸੱਚਾਈ ਦੱਸਦੇ ਵੀ ਆਹ ਕੁਛ ਹੋ ਗਿਆ, ਅਸੀਂ ਕਿਉਂ ਅੰਮ੍ਰਿਤ 'ਚ ਧੱਕੇ ਖਾਂਦੇ, ਸਾਨੂੰ ਭਕਾਈ ਕਰਾਈ ਇਹਨਾਂ ਨੇ, ਵੀ ਆਪਣੇ ਹੋਸਪਿਟਲ ਨੂੰ ਬਚਾਉਣ ਵਾਸਤੇ ਸਾਨੂੰ ਅੰਮ੍ਰਿਤ 'ਚ ਸ਼ਿਫਟ ਭੇਜਿਆ ਗਿਆ, ਕਿਉਂ ਭੇਜਿਆ ਗਿਆ? ਸਾਡਾ ਇਕੱਲਾ ਬੇਟਾ ਸੀਗਾ ਜੀ, 10 ਦਿਨ ਉਹਦੇ ਮੈਰਿਜ ਨੂੰ ਹੋਏ ਸੀਗੇ, ਸਾਰਾ ਘਰ ਉੱਜੜ ਗਿਆ ਸਾਰਾ। ਦੱਸੋ ਇਹਨਾਂ ਦਾ ਕੀ ਗਿਆ ਜੀ?
ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਮਤਲਬ ਕਿ ਇਹਨਾਂ ਪਰਿਵਾਰ ਨਾਲ ਹੋਇਆ ਜਿਹਨਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਮਰਿਆ ਗਾ, ਗੱਲ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ। ਜਦੋਂ ਅਮਰ ਹੋਸਪਿਟਲ 'ਚ ਗਏ ਨੇ ਤਾਂ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ, ਕਿਉਂਕਿ ਉਹ ਵੀ ਡਾਕਟਰ ਹੈ, ਇਹ ਵੀ ਡਾਕਟਰ ਨੇ, ਉਹ ਗਲਤ ਦਾ ਕੋਈ ਗੱਲ ਕਹਿਣਗੇ ਨਹੀਂ। ਜਦੋਂ ਉਹਨਾਂ ਡਾਕਟਰ ਨੇ ਕਹਿ ਤਾ ਵੀ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ, ਇਹ ਇਹਦਾ ਮਤਲਬ ਸਪੱਸ਼ਟ ਹੈ ਵੀ ਜਦੋਂ ਐਨਥੀਸੀਆ ਜਿਹੜਾ ਡਾਕਟਰ ਹੈ ਉਹਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ। ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ, ਵੱਡੇ ਲੈਵਲ 'ਤੇ ਜਾਂਚ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ 'ਤੇ ਇਮੀਡੀਏਟ ਡਾਕਟਰ ਦੇ ਖਿਲਾਫ਼ ਜਿਹਦੇ ਕਾਰਨ ਮਤਲਬ ਕਿ ਮੌਤ ਹੋਈ ਹੈ, ਉਹਨਾਂ ਦੇ FIR ਦਰਜ ਹੋਣੀ ਚਾਹੀਦੀ ਹੈ। ਜਦੋਂ ਇਹ ਬਿਆਨ ਦੇ ਰਹੇ ਨੇ ਇਹਨਾਂ ਦੇ ਫਾਦਰ ਦੇ ਬਿਆਨ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਅਗੇਂਸਟ ਹੋਵੇ, ਉਦੋਂ ਬਾਅਦ ਜਾਂਚ ਹੋਵੇ। ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ, ਅੱਜ ਪ੍ਰਾਈਵੇਟ ਡਾਕਟਰ ਹੋਣ ਚਾਹੇ ਸਰਕਾਰੀ ਹੋਣ, ਇਹਨਾਂ 'ਤੇ ਕੋਈ ਚੈੱਕ ਨਹੀਂ ਹੈ, ਕੋਈ ਇਹਨਾਂ ਦੀ ਫੀਸਾਂ 'ਤੇ ਚੈੱਕ ਨਹੀਂ ਹੈ। ਕੋਈ 10 ਲੱਖ ਰੁਪਇਆ ਲੈ ਰਿਹਾ, ਕੋਈ 2 ਲੱਖ ਰੁਪਇਆ ਲੈ ਰਿਹਾ, ਕੋਈ 5 ਲੱਖ ਰੁਪਇਆ ਲੈ ਰਿਹਾ। ਮਤਲਬ ਕਿ ਇਹਨਾਂ ਦੇ ਇੱਕ ਕਮੇਟੀ ਇੱਦਾਂ ਦੀ ਹੋਣੀ ਚਾਹੀਦੀ, ਇਹਨਾਂ ਦੀ ਵੀ ਇੱਕ ਲਿਮਿਟ ਹੋਵੇ, ਕਿੰਨੀ ਇਹ ਫੀਸ ਲੈਣੇ, ਕੀ ਇਹ ਇਲਾਜ ਕਰ ਰਹੇ ਨੇ। ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜੇ ਪਹਿਲੀ ਗੱਲ ਤਾਂ ਇਹ ਹੈ ਵੀ ਉਹਦੇ ਜਿਹੜੇ ਐਨਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ, ਇਹਨਾਂ ਦੀ ਗੱਲ ਬਾਈ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾਹੀਦਾ ਵੀ ਤੇਰੇ ਭਾਈ ਐਨਥੀਸੀਆ ਦਾ ਇੰਜੈਕਸ਼ਨ ਲੱਗੂਗਾ, ਤੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਕਰ ਸਕਦਾ, ਜਾਂ ਤੇਰਾ ਆਪਰੇਸ਼ਨ ਹੋਣਾ ਹੈਗਾ। ਇਹ ਸਾਰੀਆਂ ਜੋ ਕੰਪਲੀਕੇਸ਼ਨ ਨੇ ਇਹਨਾਂ ਦੀਆਂ ਅਣਗਹਿਲੀਆਂ ਨਾਲ ਹੁੰਦੀਆਂ ਨੇ, ਬਾਅਦ 'ਚੋਂ ਇੱਕਦਮ ਭੱਜ ਲੈਂਦੇ ਨੇ ਲੈ ਕੇ ਹੁਣ ਉੱਥੇ ਨਾਲ ਵੀ ਚਲੇ ਗਏ। ਮਤਲਬ ਕਿ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ 'ਤੇ ਜਾਂਚ ਹੋਣੀ ਚਾਹੀਦੀ ਹੈ। ਅਸੀਂ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਇਹਦਾ CMO ਨੇ ਜੋ ਹੋਰ ਨੇ ਇਹਨਾਂ ਨੂੰ ਲਿਖ ਕੇ ਵੀ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ DC ਸਾਹਿਬ ਨੂੰ ਮਿਲਾਂਗੇ। ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ, ਇਹਨਾਂ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ। ਜਗਸੀਰ ਸਿੰਘ, ਸਬ ਇੰਸਪੈਕਟਰ। ਸਰ, ਇੱਕ ਮਾਮਲਾ ਆਇਆ ਵੀ ਹੋਸਪਿਟਲ ਦੇ ਵਿੱਚ ਬੱਚੇ ਦੀ ਡੈਥ ਹੋਈ, ਕੀ ਮਾਮਲਾ? ਇਹ ਸਰ, ਕੱਲ੍ਹ ਦਿੱਲੀ ਹੋਸਪਿਟਲ ਦੇ ਵਿੱਚ ਸੰਗਰੂਰ ਦਾਖਲ ਹੋਇਆ ਸੀ ਬੰਦਾ, ਤੇਜਿੰਦਰ ਕੁਮਾਰ, 32 ਸਾਲ ਦੀ ਉਮਰ ਸੀਗੀ। ਇੱਥੋਂ ਉਹਨੂੰ ਰੈਫਰ ਕਰਤਾ ਸੀਗਾ ਅਮਰ ਦਾ, ਅਮਰ 'ਚ ਡੈਥ ਉਹਨੇ ਕਲੀਅਰ ਕਰਤਾ ਵੀ ਡੈਥ ਹੈ ਜੀ, ਇੱਥੇ ਵਾਪਸ ਲਏ ਸੀਗੇ ਅਤੇ ਉਹਨਾਂ ਨੂੰ ਇਹ ਡਾਊਟ ਫੁੱਲ ਹੈ ਵੀ ਇਹਦੀ ਡੈਥ ਇੱਥੇ ਹਸਪਤਾਲ 'ਚ ਹੀ ਹੋ ਗਈ ਸੀਗੀ, ਉਹ ਹਲੇ ਜਾਂਚ ਚੱਲਦੀ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕੀ ਸੈਟਿਸਫਾਈ।